ਸਤਿ ਸ਼੍ਰੀ ਅਕਾਲ ਫਰੈਂਡ, ਅੱਜ ਮੈਂ ਬਣਾਈ ਹੈ ਦਾਲ ਤੜਕਾ। ਇਹ ਰਿਕੁਐਸਟਡ ਵੀਡੀਓ ਹੈ, ਅਨੁਸ਼ਕਾ ਹੈਗੀ ਮੇਰੀ ਛੋਟੀ ਜਿਹੀ ਫਰੈਂਡ, ਬਹੁਤ ਪਿਆਰੀ ਆ, ਉਹਨੇ ਮੈਨੂੰ ਰਿਕੁਐਸਟ ਕੀਤੀ ਸੀ, ਇਸ ਕਰਕੇ ਮੈਂ ਅੱਜ ਬਣਾ ਕੇ ਦਿਖਾ ਰਹੀ ਹਾਂ ਤੁਹਾਨੂੰ। ਅਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਵਾਲਾ ਬਟਨ ਜ਼ਰੂਰ ਦਬਾਓ, ਤਾਂ ਜੇ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਇਹਦੇ ਲਈ ਆਪਾਂ ਦੋ ਦਾਲਾਂ ਲਈਆਂ ਨੇ, ਇੱਕ ਤਾਂ ਮੂੰਗੀ ਮਸਰੀ ਦਾਲ ਜਿਹੜੀ ਆਪਾਂ ਆਮ ਬਣਾਉਂਦੇ ਹਾਂ ਉਹ ਲਈ ਹੈ, ਅਤੇ ਇੱਕ ਥੋੜ੍ਹੀ ਜਿਹੀ ਵਿੱਚ ਅੱਧੀ ਕੌਲੀ ਅਰਹਰ ਦੀ ਦਾਲ ਪਾਈ ਆ। ਜਿੰਨੀ ਮੈਂ ਮੂੰਗੀ ਮਸਰੀ ਦੀ ਪਾਈ ਆ ਉਸ ਤੋਂ ਅੱਧਾ ਹਿੱਸਾ ਮੈਂ ਅਰਹਰ ਦੀ ਦਾਲ ਪਾਈ ਆ ਉਹਦੇ ਵਿੱਚ। ਇਹਨਾਂ ਬਹੁਤ ਵਧੀਆ ਟੇਸਟ ਆ, ਦਾਲ ਥੋੜ੍ਹੀ ਕਰੰਚੀ ਜੀ ਵਧੀਆ ਬਣ ਜਾਂਦੀ ਹੈ, ਬਹੁਤੀ ਘੁਲਦੀ ਨਹੀਂ ਹੈਗੀ। ਇਹਨੂੰ ਆਪਾਂ ਹੁਣ ਭਿਉਂ ਕੇ ਰੱਖਾਂਗੇ। ਸਭ ਤੋਂ ਪਹਿਲਾਂ ਇਹ 'ਚ ਪਾਣੀ ਪਾਤਾ ਹੋਇਆ ਮੈਂ, ਅਤੇ ਇਹਨੂੰ ਭਿਉਂ ਕੇ ਰੱਖਤਾ। ਦਾਲ ਆਪਣੀ ਦੇਖੋ ਭਿੱਜ ਗਈ ਹੋਈ ਹੈ ਤਕਰੀਬਨ। ਹੁਣ ਇਹਨੂੰ ਮੈਂ ਪਾਣੀ ਕੱਢ ਕੇ ਧੋ ਲੂੰਗੀ ਚੰਗੀ ਤਰ੍ਹਾਂ, ਅਤੇ ਇਹਨੂੰ ਮੈਂ ਕੁੱਕਰ ਦੇ ਵਿੱਚ ਪਾ ਕੇ ਪਕਾਉਂਗੀ ਥੋੜ੍ਹੀ ਦੇਰ ਲਈ। ਬਹੁਤ ਜਲਦੀ ਪੱਕ ਜਾਣੀ ਹੈ, ਬਹੁਤ ਜ਼ਿਆਦਾ ਨਹੀਂ ਪਕਾਉਣੀ ਹੈ ਇਹ, ਬਸ ਇੱਕ ਦੋ ਸੀਟੀਆਂ ਲਈ ਬਹੁਤ ਹੋ ਜਾਂਦੀਆਂ ਇਹਦੇ ਲਈ। ਬਾਕੀ ਤੁਸੀਂ ਖੋਲ੍ਹ ਕੇ ਦੇਖ ਲੈਣੀ ਹੈਗੀ ਆ, ਤੁਹਾਨੂੰ ਕੱਚੀ ਲੱਗਦੀ ਇੱਕ ਅੱਧੀ ਸੀਟੀ ਹੋਰ ਲਵਾ ਲਓ, ਤੁਸੀਂ ਆਪਣੇ ਆਪ ਦਾਲ ਦੇ ਹਿਸਾਬ ਨਾਲ ਹੁੰਦਾ, ਕੋਈ ਦਾਲ ਜਲਦੀ ਪੱਕ ਜਾਂਦੀ ਹੈ, ਕੋਈ ਦਾਲ ਥੋੜ੍ਹੀ ਟਾਈਮ ਨਾਲ ਪੱਕਦੀ ਆ। ਇਹਨੂੰ ਸਾਰੀ ਮੈਂ ਕੁੱਕਰ ਵਿੱਚ ਕੱਢ ਲਈ ਹੋਈ ਆ। ਇਹ ਜਦੋਂ ਮੈਂ ਪਾਣੀ ਪਾ ਦੂੰਗੀ ਆਪਣੇ ਹਿਸਾਬ ਨਾਲ ਥੋੜ੍ਹਾ ਜਿਹਾ, ਮੈਂ 3 ਕੌਲੀਆਂ 3.5 ਕੌਲੀਆਂ ਪਾਣੀ ਦੀਆਂ ਪਾਈਆਂ ਨੇ। ਬਾਕੀ ਤੁਸੀਂ ਆਪਣੇ ਹਿਸਾਬ ਨਾਲ, ਜੇ ਤੁਹਾਨੂੰ ਘੱਟ ਲੱਗੇ ਤਾਂ ਬਾਅਦ 'ਚ ਆਪਾਂ ਹੋਰ ਵੀ ਪਾ ਸਕਦੇ ਹਾਂ, ਥੋੜ੍ਹਾ ਘੱਟ ਹੀ ਰੱਖੋ ਪਾਣੀ ਪਹਿਲਾਂ, ਪਤਲੀ ਨਾ ਹੋ ਜਾਵੇ ਦਾਲ, ਕਿਉਂਕਿ ਜੇ ਆਪਾਂ ਜ਼ਿਆਦਾ ਬਾਅਦ 'ਚ ਰਝਾਵਾਂਗੇ ਤਾਂ ਫਿਰ ਬਹੁਤ ਜ਼ਿਆਦਾ ਘੁਲ ਜੂਗੀ। ਇਸ ਕਰਕੇ ਆਪਣਾ ਪਾਣੀ ਹਿਸਾਬ ਨਾਲ ਰੱਖ ਕੇ ਤੁਸੀਂ ਪਹਿਲਾਂ ਪਕਾਉਣੀ ਆ। ਇਹ 'ਚ ਪਾਈਏ ਲੂਣ ਮਿਰਚ ਅਤੇ ਹਲਦੀ, ਬਸ ਲਾਲ ਮਿਰਚ ਮੈਂ ਥੋੜ੍ਹੀ ਪਾਈ ਆ, ਹਰੀ ਮਿਰਚ ਵੀ ਪਾਉਂਗੀ। ਇਹਨੂੰ ਹੁਣ ਮੈਂ ਪਕਾ ਲੈਣਾ ਆ, ਪਹਿਲਾਂ ਮੈਂ ਕੁਛ ਨਹੀਂ ਪਾਇਆ, ਬਾਕੀ ਸਮਾਨ ਮੈਂ ਤੜਕੇ ਵਿੱਚ ਪਾਉਂਗੀ। ਕੁੱਕਰ ਬੰਦ ਕਰਕੇ ਹੁਣ ਇਹਨੂੰ ਬਸ ਥੋੜ੍ਹੀ ਦੇਰ ਲਈ ਪਕਾਉਂਗੀ, 2-3 ਸੀਟੀਆਂ ਪਕਾਉਣ ਲਈ, ਬਹੁਤ ਜ਼ਿਆਦਾ ਨਹੀਂ ਪਕਾਉਣੀ ਹੈਗੀ। ਜੇ ਜ਼ਿਆਦਾ ਲੱਗੂਗੀ ਆਪਾਂ ਨੂੰ ਕੱਚੀ ਲੱਗੂਗੀ, ਆਪਾਂ 1-2 ਸੀਟੀਆਂ ਹੋਰ ਲਵਾ ਲਾਂਗੇ ਇੱਕ ਅੱਧੀ ਫਿਰ। ਗੈਸ ਮੈਂ ਚਲਾਤਾ ਹੋਇਆ, ਦਾਲ ਮੈਂ ਰੱਖਤੀ ਹੋਈ ਹੈ ਪੱਕਣ ਲਈ। ਗੈਸ ਬੰਦ ਕਰਕੇ ਇਹਨੂੰ ਮੈਂ ਉਤਾਰ ਲਿਆ ਇਹਨੂੰ ਉੱਪਰੋਂ, 5-7 ਮਿੰਟ ਹੋ ਗਏ ਹੋਏ ਨੇ, ਸੀਟੀ ਵੱਜ ਗਈ ਸੀ ਇਹਨੂੰ। ਬਸ ਤੁਸੀਂ 2 ਸੀਟੀਆਂ ਲੱਗਣ ਤੋਂ ਪਹਿਲਾਂ ਇੱਕ ਵਾਰੀ ਉਤਾਰ ਕੇ ਜ਼ਰੂਰ ਦੇਖ ਲੈਣੀ ਹੈ, ਜ਼ਿਆਦਾ ਨਹੀਂ ਪਕਾਉਣੀ ਹੈਗੀ। ਤੁਹਾਨੂੰ ਕੱਚੀ ਲੱਗੇ ਫਿਰ ਤੁਸੀਂ ਇੱਕ ਵਾਰੀ ਹੋਰ ਸੀਟੀ ਲਵਾ ਲਓ ਇਹਨੂੰ। ਦੇਖੋ ਦਾਲ ਆਪਣੀ ਤਕਰੀਬਨ ਤਿਆਰ ਹੋ ਗਈ, ਦੇਖੋ ਬਹੁਤ ਵਧੀਆ ਤਿਆਰ ਹੋਈ ਆ, ਨਾ ਜ਼ਿਆਦਾ ਘੁਲੀ ਆ ਅਤੇ ਨਾ ਹੀ ਕੱਚੀ ਆ, ਇਹ ਇੰਨੀ ਕੁ ਦਾਲ ਵਧੀਆ ਲੱਗਦੀ ਹੈ, ਬਹੁਤ ਜ਼ਿਆਦਾ ਘੁਲ ਜਾਵੇ ਤਾਂ ਵੀ ਨਹੀਂ ਵਧੀਆ ਲੱਗਦੀ। ਹੁਣ ਆਪਾਂ ਲਵਾਂਗੇ ਇਹਨੂੰ ਤੜਕਾ, ਜਿਹੜਾ ਮੇਨ ਹੈਗਾ ਇਹਦਾ, ਜਿਹਨੂੰ ਦਾਲ ਨੂੰ ਟੇਸਟੀ ਬਣਾਉਣਾ ਹੈਗਾ ਆਪਾਂ। ਇਹ ਲਈ ਮੈਂ ਲਸਣ ਛਿੱਲਿਆ ਹੋਇਆ ਥੋੜ੍ਹਾ ਜਿਹਾ ਕੱਟ ਲਿਆ ਬਰੀਕ, ਮੈਂ ਅਦਰਕ ਵੀ ਤੁਸੀਂ ਪਾ ਸਕਦੇ ਹੋ ਪਰ ਮੈਂ ਅਦਰਕ ਨਹੀਂ ਪਾਇਆ ਹੈਗਾ ਇਹਦੇ ਵਿੱਚ, ਪਿਆਜ਼ ਕੱਟਿਆ ਆ ਅਤੇ ਮੈਂ ਹਰੀਆਂ ਮਿਰਚਾਂ। ਹੁਣ ਮੈਂ ਪੈਨ ਦੇ ਵਿੱਚ ਪਾਉਂਗੀ ਦੇਸੀ ਘੀ, ਦੇਸੀ ਘੀ ਨਾਲ ਤੜਕਾ ਲਾਵਾਂਗੇ ਤਾਂ ਜ਼ਿਆਦਾ ਵਧੀਆ ਟੇਸਟ ਆਊਗਾ ਇਹਦਾ, ਕਿ ਆਪਣਾ ਪਿਘਲ ਜਾਵੇ। ਕਿ ਆਪਣਾ ਜਲਦੀ ਗਰਮ ਹੋ ਜਾਣਾ, ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਸਮਾਨ ਪਾਵਾਂਗੇ। ਕਿ ਦੇਖੋ ਆਪਣਾ ਪਿਘਲ ਕੇ ਗਰਮ ਹੋ ਗਿਆ ਚੰਗੀ ਤਰ੍ਹਾਂ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਅਤੇ ਹਿੰਗ ਥੋੜ੍ਹੀ ਜਿਹੀ।
ਇਹ 'ਚ ਪਾਤਾ ਮੈਂ ਜੀਰਾ, ਅਤੇ ਹੁਣ ਮੈਂ ਪਾਊਂਗੀ ਥੋੜ੍ਹੀ ਜਿਹੀ ਹਿੰਗ। ਹਾਂ ਹਿੰਗ ਜਿਹੜੀ ਆ ਬਹੁਤ ਵਧੀਆ ਟੇਸਟ ਦਿੰਦੀ ਆ। ਹੁਣ ਇਹ 'ਚ ਪਾਊਂਗੀ ਲਸਣ, ਪਹਿਲਾਂ ਆਪਾਂ ਲਸਣ ਭੁੱਲਣਾ ਕਿਉਂਕਿ ਲਸਣ ਦਾ ਕੱਚਾਪਨ ਜਿਹਾ ਚਲਾ ਜਾਵੇ, ਲਸਣ ਭੁੱਜਣ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੈਂਦਾ, ਇਸ ਕਰਕੇ ਇਹਨੂੰ ਪਹਿਲਾਂ ਪਾਉਣਾ ਆਪਾਂ ਨੇ। ਇੱਕ ਟ੍ਰਿਕ ਹੁੰਦਾ ਕਿ ਲਸਣ ਨੂੰ ਤੁਸੀਂ ਸਭ ਤੋਂ ਪਹਿਲਾਂ ਪਾਉਣਾ ਹੈ ਵਿੱਚ, ਇਸ ਤੋਂ ਬਾਅਦ ਪਿਆਜ਼ ਅਤੇ ਹਰੀ ਮਿਰਚ। ਸਾਰੀ ਚੀਜ਼ਾਂ ਪਾ ਕੇ ਇਹਨਾਂ ਨੂੰ ਆਪਾਂ ਬਰਾਊਨ ਕਰ ਲੈਣਾ ਹੈਗਾ ਪਿਆਜ਼ਾਂ ਨੂੰ। ਹੁਣ ਅੰਦਰ ਤੱਕ ਆਪਾਂ ਪਿਆਜ਼ ਲਸਣ ਟਮਾਟਰ ਕੱਟ ਲੈਂਦੇ ਹਾਂ, ਵਿੱਚ ਪਾਇਆ ਮੈਂ ਕਰੀ ਪੱਤਾ, ਇੱਕ ਇੱਕ ਡੰਡੀ ਮੈਂ ਕਰੀ ਪੱਤੇ ਦੀ ਪਾਈ ਆ ਇਹਦੇ ਵਿੱਚ। ਅਸੀਂ ਕਰੀ ਪੱਤਾ ਜਦੋਂ ਭੁੱਜ ਗਿਆ ਮੈਂ ਡੰਡੀ ਕੱਢ ਦੂੰਗੀ ਵਿੱਚ, ਬਸ ਪੱਤੇ ਕੱਢ ਦਿਉ, ਥੋੜ੍ਹਾ ਟੇਸਟ ਆ ਗਿਆ, ਬਸ ਇਹਦਾ ਬਹੁਤ ਆ ਵਿੱਚ। ਉੱਧਰ ਮੈਂ ਟਮਾਟਰ ਆਪਣੇ ਕੱਟ ਲਏ ਹੋਏ ਆ, ਹੁਣ ਟਮਾਟਰ ਪਾਉਂਗੀ ਇਹਦੇ ਵਿੱਚ ਮੈਂ। ਪਿਆਜ਼ ਆਪਣੇ ਤਕਰੀਬਨ ਬਰਾਊਨ ਹੋ ਗਏ ਆ, ਦੋ ਟਮਾਟਰ ਕੱਟੇ ਨੇ ਮੈਂ, ਬਰੀਕ ਕੱਟੇ ਆ ਟਮਾਟਰ। ਇਹਦੇ ਵਿੱਚ ਨਾ ਟਮਾਟਰ ਥੋੜ੍ਹੇ ਕੱਟੇ ਹੋਏ ਵਧੀਆ ਲੱਗਦੇ, ਆਪਾਂ ਪੇਸਟ ਨਹੀਂ ਪਾਉਣਾ ਹੈਗਾ ਬਣਾ ਕੇ, ਜਿਵੇਂ ਟਮਾਟਰ ਪਿਊਰੀ ਆਪਾਂ ਮਿਕਸੀ ਵਿੱਚ ਕਰਕੇ ਪਾਉਂਦੇ ਉਹ ਨਹੀਂ ਪਾਉਣੀ ਹੈਗੀ, ਕੱਟ ਕੇ ਟਮਾਟਰ ਪਾਉਣੇ ਆ। ਥੋੜ੍ਹਾ ਜਿਹਾ ਕਰੰਚੀ ਟਮਾਟਰ ਮੂੰਹ 'ਚ ਆਉਂਦਾ ਅਤੇ ਵਧੀਆ ਲੱਗਦਾ ਦਾਲ ਦੇ ਵਿੱਚ। ਬਾਕੀ ਤੁਹਾਡੀ ਆਪਣੀ ਚੋਇਸ ਆ, ਤੁਸੀਂ ਪੇਸਟ ਪਸੰਦ ਕਰਦੇ ਤਾਂ ਪੇਸਟ ਪਾ ਸਕਦੇ ਹੋ, ਪਰ ਦਾਲ ਦੇ ਵੀ ਟਮਾਟਰ ਇੱਦਾਂ ਵਧੀਆ ਲੱਗਦੇ ਆ, ਥੋੜ੍ਹੇ ਜਿਹੇ ਮੂੰਹ 'ਚ ਆਉਂਦੇ ਕਰੰਚੀ ਜੇ। ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਪਕਾਉਣਾ ਵੀ ਨਹੀਂ ਹੈਗਾ, ਥੋੜ੍ਹੇ ਜਿਹੇ ਪਕਾ ਵੀ ਲੈਣੇ ਅਤੇ ਬਹੁਤ ਜ਼ਿਆਦਾ ਨਹੀਂ ਪਕਾਉਣੇ ਹੈਗੇ। ਮਤਲਬ ਕਰ ਲਾਂਗੇ ਚੰਗੀ ਤਰ੍ਹਾਂ ਦਾਲ। ਦੇਖੋ ਟਮਾਟਰ ਆਪਣੇ ਤਕਰੀਬਨ ਹੋ ਗਏ ਹੋਏ ਆ, ਕਾਫੀ ਸੌਫਟ ਹੋ ਗਏ ਆ। ਹੁਣ ਮੈਂ ਇਹਨੂੰ ਪਾ ਦੂੰਗੀ ਦਾਲ ਦੇ ਵਿੱਚ। ਐਂਡ ਤੱਕ ਤੁਸੀਂ ਵੀਡੀਓ ਨੂੰ ਦੇਖਣਾ ਹੈਗਾ ਤਾਂ ਤੁਹਾਨੂੰ ਪੂਰੀ ਤਰ੍ਹਾਂ ਪਤਾ ਲੱਗਦਾ ਕਿ ਇੱਕ ਸਟੈਪ ਦਾ। ਦਾਲ ਆਪਣੀ ਜੇ ਤਿਆਰ ਨਹੀਂ ਹੋਈ ਹੈਗੀ, ਇਹਨੂੰ ਆਪਾਂ ਇਸ ਤੋਂ ਬਾਅਦ ਹੋਰ ਵੀ ਕੁਛ ਦੁਬਾਰਾ ਤੜਕਾ ਲਾਵਾਂਗੇ ਇੱਕ ਵਾਰੀ, ਕਿਉਂਕਿ ਇਹ ਦਾਲ ਤੜਕਾ ਆ ਸਪੈਸ਼ਲ, ਇਹਦੇ ਲਾਈਵ ਤੜਕਾ ਬਾਅਦ 'ਚੋਂ ਫਿਰ ਲੱਗਦਾ ਜਦੋਂ ਆਪਾਂ ਇਹਨੂੰ ਖਾਣਾ ਹੁੰਦਾ ਆ। ਹੁਣ ਮੈਂ ਉਹਦੇ ਵਿੱਚ ਰੱਖ ਕੇ ਥੋੜ੍ਹਾ ਜਿਹਾ ਪਾਣੀ ਪਾਤਾ ਆ, ਪਾਣੀ ਪਾ ਕੇ ਮੈਂ ਗਰਮ ਕਰਕੇ ਥੋੜ੍ਹਾ ਜਿਹਾ ਇਹਦੇ ਵਿੱਚ ਪਾ ਦੂੰਗੀ, ਕਿਉਂਕਿ ਦਾਲ ਜਿਹੜੀ ਹੈਗੀ ਥੋੜ੍ਹੀ ਜਿਹੀ ਮੈਨੂੰ ਗਾੜੀ ਲੱਗ ਰਹੀ ਆ, ਪਤਲੀ ਹੋ ਜਾਵੇ। ਬਹੁਤ ਜ਼ਿਆਦਾ ਪਾਣੀ ਨਹੀਂ ਪਾਊਂਗੀ, ਬਸ ਥੋੜ੍ਹਾ ਜਿਹਾ ਪਾਊਂਗੀ। ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਉਹਦੇ ਵਿੱਚ ਦਾਲ ਲੱਗੀ ਹੋਈ ਹੈ ਪੈਨ ਦੇ ਵਿੱਚ, ਸਾਰਾ ਮਸਾਲਾ ਉਹ ਵੀ ਵਿੱਚ ਆਜੂਗਾ ਇਹਦੇ, ਅਤੇ ਨਾਲ ਨਾਲ ਜਿਹੜੀ ਦਾਲ ਆ ਵੀ ਸਹੀ ਹੋ ਜਾਵੇਗੀ ਜਿਹੜੀ ਹੈਗੀ ਉਹ। ਕੰਸਿਸਟੈਂਸੀ ਦਾਲ ਦੀ ਆਪਣੀ ਠੀਕ ਕਰ ਲੈਣੀ ਆਪਾਂ। ਇੰਨਾ ਕੀ ਪਾਣੀ ਪਾਇਆ ਬਸ ਮੈਂ, ਜ਼ਿਆਦਾ ਨਹੀਂ ਪਾਉਣਾ ਹੈਗਾ ਵਿੱਚ ਮੈਂ ਪਾਣੀ ਇਹਦੇ। ਗੈਸ ਕਰਤਾ ਬੰਦ, ਅਤੇ ਇਹਨੂੰ ਆਪਾਂ ਨੇ ਤੜਕਾ ਵੀ ਲਾਤਾ। ਇਹ 'ਚ ਪਾਊਂਗੀ ਧਨੀਆ, ਮੈਂ ਬਰੀਕ ਕੱਟ ਕੇ ਧਨੀਆ ਰੱਖਿਆ ਹੋਇਆ ਸੀ। ਧਨੀਆ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਦਾਲ ਕਦੇ ਵੀ ਸਹੀ ਨਹੀਂ ਲੱਗ, ਵਧੀਆ ਨਹੀਂ ਬਣਦੀ ਹੈਗੀ।
ਇਹ ਬਹੁਤ ਜ਼ਰੂਰੀ ਹੈ ਜੇ ਆਪਾਂ ਦਾਲ ਨੂੰ ਐਨ ਵਧੀਆ ਚਾਹੁੰਦੇ ਹਾਂ ਤਾਂ ਧਨੀਆ ਬਹੁਤ ਜ਼ਰੂਰੀ ਆ, ਕੋਈ ਵੀ ਦਾਲ ਬਣਾਈਏ ਆਪਾਂ। ਇਹ 'ਚ ਮੇਨ ਰਹਿ ਗਿਆ ਸੀ ਮੇਰਾ, ਹੁਣ ਮੈਂ 'ਚ ਪਾਊਂਗੀ ਕਸੂਰੀ ਮੇਥੀ ਥੋੜ੍ਹੀ ਜਿਹੀ ਅਤੇ ਗਰਮ ਮਸਾਲਾ। ਇਹ ਮੈਂ ਪਹਿਲਾਂ ਪਾਉਣਾ ਭੁੱਲ ਗਈ, ਤੁਸੀਂ ਪਹਿਲਾਂ ਪਾ ਦੇਣਾ ਆ ਪਰ ਮੈਂ ਭੁੱਲ ਗਈ, ਕੋਈ ਗੱਲ ਨਹੀਂ ਬਾਅਦ 'ਚ ਵੀ ਪਾ ਸਕਦੇ ਹਾਂ ਇਹਨੂੰ। ਗਰਮ ਮਸਾਲਾ ਪਾਇਆ ਦਾਲ ਦੇ ਵਿੱਚ ਮੈਂ ਅਤੇ ਕਸੂਰੀ ਮੇਥੀ ਪਾਈ, ਧਨੀਆ ਪਾਊਡਰ ਵੀ ਪਾ ਸਕਦੇ ਤੁਹਾਡੇ ਕੋਲ ਹੈਗਾ, ਪਰ ਹਰਾ ਧਨੀਆ ਪਾਤਾ ਤਾਂ ਬਹੁਤ ਜ਼ਿਆਦਾ ਲੋੜ ਵੀ ਨਹੀਂ ਹੈਗੀ ਉਹਦੀ। ਦਾਲ ਦੇਖੋ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਆ। ਇਸ ਤੋਂ ਬਾਅਦ ਆਪਾਂ ਇਹਨੂੰ ਖਾਣ ਲਈ ਇੱਕ ਬਾਊਲ ਵਿੱਚ ਕੱਢ ਲਾਂਗੇ। ਸਰਵ ਕਰਨ ਲਈ ਆਪਾਂ ਜਦੋਂ ਇਹਨੂੰ ਕੱਢਣਾ ਆ ਤਾਂ ਇਹਦੇ ਉੱਪਰ ਫਿਰ ਆਪਾਂ ਤੜਕਾ ਪਾਵਾਂਗੇ ਬਸ ਇੱਕ ਵਾਰੀ ਫਿਰ। ਉਹਦੇ ਨਾਲ ਦਾਲ ਇੱਕਦਮ ਟੈਂਪਟਿੰਗ ਹੋ ਜਾਂਦੀ ਆ ਅਤੇ ਬਹੁਤ ਹੀ ਵਧੀਆ ਲੱਗਦੀ ਆ ਦੇਖਣ ਨੂੰ ਵੀ, ਅਤੇ ਖਾਣ 'ਚ ਵੀ ਬਹੁਤ ਜ਼ਿਆਦਾ ਸਵਾਦ ਹੋ ਜਾਂਦੀ। ਹੁਣ ਹਿੰਗ ਅਤੇ ਜੀਰੇ ਦਾ ਤੜਕਾ ਮੈਂ ਥੋੜ੍ਹਾ ਜਿਹਾ ਲਾਉਂਗੀ ਫਿਰ ਇਹਦੇ ਵਿੱਚ, ਦੇਸੀ ਘੀ ਪਾਇਆ ਮੈਂ ਫਿਰ ਤੋਂ ਵਿੱਚ, ਕਿਉਂਕਿ ਦਾਲ 'ਚ ਜਿੰਨਾ ਘਿਓ ਹੋਵੇ ਤਾਂ ਘਿਓ ਨਾਲ ਹੀ ਵਧੀਆ ਲੱਗਦੀ ਦਾਲ। ਜੀਰਾ, ਹਿੰਗ, ਤੇਜ ਪੱਤਾ ਅਤੇ 2 ਮਿਰਚਾਂ, 2 ਤੇਜ ਪੱਤੇ ਬਸ, ਇਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਕੇ ਮੈਂ ਇਹ ਉੱਪਰ ਪਾ ਲਾਂਗੇ ਆਪਾਂ ਦਾਲ ਦੇ। ਦਾਲ ਬਹੁਤ ਹੀ ਵਧੀਆ ਬਣ ਗਈ ਆ, ਬਹੁਤ ਸੋਹਣੀ ਲੱਗ ਰਹੀ ਆ ਅਤੇ ਬਹੁਤ ਹੀ ਵਧੀਆ ਸਮੈਲ ਆ ਰਹੀ ਆ। ਇੱਕਦਮ ਢਾਬਾ ਸਟਾਈਲ ਬਣੀ ਆ, ਰੈਸਟੋਰੈਂਟ ਸਟਾਈਲ, ਜਿਵੇਂ ਦਾਲ ਤੜਕਾ ਜਿਹੜੀ ਬਣਾਉਂਦੇ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਵੀ ਆਮ ਬਣਦੀ ਆ ਦਾਲ ਪੀਲੀ, ਬਹੁਤ ਵਧੀਆ ਲੱਗਦੀ ਆ ਅਤੇ ਬਹੁਤ ਪਸੰਦ ਕੀਤੀ ਜਾਂਦੀ ਆ। ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੋਈ ਆ, ਦੇਖੋ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਆ। ਤੁਸੀਂ ਜ਼ਰੂਰ ਇੱਦਾਂ ਦੀ ਬਣਾਓ ਅਤੇ ਆਪਣਾ ਐਕਸਪੀਰੀਅੰਸ ਜ਼ਰੂਰ ਦੱਸੋ ਤੁਹਾਡੀ ਕਿੱਦਾਂ ਦੀ ਬਣੀ ਆ, ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ। ਓਕੇ, ਥੈਂਕਸ ਫੋਰ ਵਾਚਿੰਗ।